ਅੱਜ ਗੁਰਪੁਰਬ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਆਓ ਸਾਰੇ ਅਰਦਾਸ ਕਰੀਏ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਜਾਣ। ਕੋਈ ਵੀ ਇਨਸਾਨ ਦੁਖੀ ਨਾ ਰਹੇ, ਕਿਸੇ ਦੀ ਵੀ ਜ਼ਿੰਦਗੀ 'ਚ ਕੋਈ ਮੁਸ਼ਕਲਾਂ ਨਾ ਰਹਿਣ। ਜਿਹੜਾ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਅਰਦਾਸ ਕਰਦਾ ਨਾ, ਉਹਦੇ ਲਈ ਸਾਰੇ ਸੁੱਖਾਂ ਦੇ ਦਰਬਾਰ ਖੁੱਲ੍ਹ ਜਾਂਦੇ ਹੈ। ਬਹੁਤ ਵੱਡਾ ਦਿਨ ਹੈ ਜੀ ਅੱਜ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ 'ਤੇ ਅਮਲ ਕਰਨਾ ਸਿੱਖੋ। ਸਭ ਦੇ ਨਾਲ ਪਿਆਰ ਕਰੋ, ਸੇਵਾ ਭਾਵ ਰੱਖੋ, ਨਫ਼ਰਤ ਕਦੇ ਨਾ ਰੱਖੋ ਮਨ 'ਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਨੂੰ ਸਿਖਾਉਂਦੇ ਆ ਕਿ ਕੋਈ ਹਿੰਦੂ, ਸਿੱਖ, ਮੁਸਲਮਾਨ, ਈਸਾਈ ਨਹੀਂ, ਪਹਿਲੇ ਇਨਸਾਨੀਅਤ ਦਾ ਧਰਮ ਨਿਭਾਓ, ਕਿਉਂਕਿ ਸਾਰੇ ਜੀਵ ਜੰਤਾਂ ਨੂੰ ਰੱਬ ਨੇ ਆਪ ਹੀ ਬਣਾਇਆ, ਆਪਣੇ ਹੱਥਾਂ ਨਾਲ ਬਣਾਇਆ। ਸਭ ਦਾ ਦੁੱਖ ਸਮਝਿਆ ਕਰੋ, ਸਭ ਦੇ ਦਰਦ ਦੀ ਦਵਾਈ ਬਣਿਆ ਕਰੋ। ਕਦੇ ਕਿਸੇ ਦਾ ਮਜ਼ਾਕ ਨਹੀਂ ਬਣਾਉਣਾ, ਕਦੇ ਕਿਸੇ ਨਾਲ ਗਲਤ ਨਹੀਂ ਕਰਨਾ, ਕਿਸੇ ਨਾਲ ਈਰਖਾ ਨਹੀਂ ਰੱਖਣੀ, ਪਿਆਰ ਹੀ ਪਿਆਰ ਕਰੋ ਹਮੇਸ਼ਾ ਸਭ ਨਾਲ, ਕਿਉਂਕਿ ਜਿੰਨਾ ਪਿਆਰ ਤੁਸੀਂ ਉਹਦੀ ਬਣਾਈ ਕੁਦਰਤ ਦੇ ਨਾਲ ਕਰੋਗੇ ਨਾ, ਉਨਾ ਹੀ ਪਿਆਰ ਉਹ ਤੁਹਾਡੇ ਨਾਲ ਕਰੇਗਾ ਅਤੇ ਤੁਹਾਡੀਆਂ ਸਾਰੀਆਂ ਅਰਦਾਸਾਂ ਸੁਣੇਗਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰਿਆਂ 'ਤੇ ਮਿਹਰ ਕਰਨਾ, ਸਾਰਿਆਂ 'ਤੇ ਕਿਰਪਾ ਕਰਨਾ ਆਪਣੀ, ਸਭ ਦੀਆਂ ਜ਼ਿੰਦਗੀਆਂ 'ਚ ਸੁੱਖ ਹੀ ਸੁੱਖ ਹੋਣ। ਕੋਈ ਵੀ ਇਨਸਾਨ ਇੱਥੇ ਨਿਰਾਸ਼ ਨਾ ਰਹੇ, ਕਿਸੇ ਦੀ ਵੀ ਜ਼ਿੰਦਗੀ 'ਚ ਦੁੱਖ ਨਾ ਆਉਣ। ਜਿਹੜਾ ਵੀ ਅੱਜ ਆਪਣੀ ਜ਼ਿੰਦਗੀ 'ਚ ਪਰੇਸ਼ਾਨੀਆਂ 'ਚ ਫਸਿਆ ਆ, ਉਹਨਾਂ ਸਭ ਦੀਆਂ ਪਰੇਸ਼ਾਨੀਆਂ ਦੂਰ ਕਰਨਾ ਮੇਰੇ ਮਾਲਕਾ, ਸਭ ਦੀ ਜ਼ਿੰਦਗੀ 'ਚ ਸੁੱਖਾਂ ਦੀਆਂ ਬਰਸਾਤਾਂ ਕਰਨਾ। ਆਪ ਜੀ ਦਾ ਊਟ ਆਸਰਾ ਬਹੁਤ ਹੈ, ਸਾਰੇ ਹੀ ਤੁਹਾਡੇ ਬੱਚੇ ਹੈ, ਸਭਨਾਂ ਦੀ ਰਾਖੀ ਆਪ ਕਰਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।